ਅੱਜ ਗੱਲਬਾਤ ਕਰਾਂਗੇ ਖੇਤੀਬਾੜੀ ਦੀ। ਦੇ ਵਿੱਚ 1260 ਬੂਟੇ ਲੱਗਦੇ ਆ ਜੀ ਕਿੱਲੇ ਦੇ ਵਿੱਚ। ਇਹ 4 ਫੁੱਟ ਦਾ ਪਾੜਾ ਹੁੰਦਾ ਜੀ। ਤੇ ਨਰਮੇ ਦਾ ਜਿਹੜਾ ਕੱਦ ਹੈ ਉਹ ਵੀ ਬਹੁਤ ਸੋਹਣਾ ਹੁੰਦਾ ਹੈ, ਤਕਰੀਬਨ 8 ਤੋਂ ਲੈ ਕੇ 12 ਫੁੱਟ ਤੱਕ ਦਾ ਕੱਦ ਹੋ ਜਾਂਦਾ ਇਸਦਾ। ਤੇ 700 ਤੋਂ 800 ਟਿੰਡਾ ਲੱਗਦਾ ਜੀ। ਹੁਣ ਮੰਨ ਲਓ ਜਦੋਂ ਸੁੰਡੀ ਪੈ ਗਈ, ਚਿੱਟੀ ਮੱਖੀ ਪੈ ਗਈ, ਉਹਦਾ ਅਸੀਂ ਇਲਾਜ ਕਿਵੇਂ ਕਰਾਂਗੇ? ਕਿਉਂਕਿ ਇਹਨੂੰ ਪੈਂਦਾ ਹੀ ਕੁਛ ਨਹੀਂ। ਅੱਛਾ ਜੀ, 38 ਮਣ ਨਰਮਾ ਹੋਇਆ ਜੀ, 36 ਮਣ ਚੁਕਿਆ ਤੇ 2 ਮਣ ਹੈ ਜਿਹੜਾ ਉਹ ਟਿੰਡਿਆਂ ਦਾ ਹੋਇਆ ਜੀ ਲਾਸਟ। 9ਵੇਂ ਮਹੀਨੇ ਦੀ 1 ਤਰੀਕ ਤੋਂ ਲੈ ਕੇ ਤੇ 10 ਤਰੀਕ ਤੱਕ ਗੰਨਾ ਲੱਗਦਾ ਜੀ। ਮਲਟੀ ਕ੍ਰੋਪਿੰਗ ਸਿਸਟਮ ਹੈ ਜੀ, ਊਂ ਆਪਾਂ ਲੈਂਦੇ ਹਾਂ ਇੱਕ ਫਸਲ, ਇਹਦੇ ਨਾਲ ਆਪਣੀਆਂ 4 ਫਸਲਾਂ ਦੇ ਨੇੜੇ ਹੋ ਜਾਂਦੇ ਆ। ਜਿਹੜੇ ਪਹਿਲਾਂ ਸਾਨੂੰ ਝੇਡਾਂ ਕਰਦੇ ਸੀ ਇੱਥੇ ਖੜ ਕੇ ਜੀ, ਕਹਿੰਦੇ ਬੂਟਾ ਕਿਤੇ ਕਿਤੇ ਲਾਇਆ ਇਹਨੇ ਮੱਚ ਜਾਣਾ, ਅੱਜ ਸਾਡੇ ਤੋਂ ਚੋਰੀਆਂ ਫੋਟੋਆਂ ਖਿੱਚ ਕੇ ਲਿਆਉਂਦੇ ਜੀ ਨਰਮੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਲੋਕਮਾ ਟੀਵੀ ਤੇ ਮੈਂ ਤੁਹਾਡਾ ਆਪਣਾ ਜਸਪਾਲ ਮਾਨ। ਅੱਜ ਗੱਲਬਾਤ ਕਰਾਂਗੇ ਖੇਤੀਬਾੜੀ ਦੀ। ਖੇਤੀਬਾੜੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਅਕਸਰ ਕਿਸਾਨ ਆਖਦੇ ਨੇ ਕਿ ਸਾਨੂੰ ਕੁਝ ਬਚਦਾ ਨਹੀਂ ਹੈ, ਜਾਂ ਅਸੀਂ ਪਿੰਡਾਂ ਦੇ ਵਿੱਚ ਇਹ ਗੱਲਾਂ ਅਕਸਰ ਹੀ ਸੁਣਦੇ ਹਾਂ ਕਿ ਕੁਝ ਬਚਦਾ ਨਹੀਂ ਪਿਆ, ਖੇਤੀਬਾੜੀ ਜਿਹੜਾ ਉਹ ਲਾਹੇ ਦਾ ਧੰਦਾ ਨਹੀਂ ਰਿਹਾ, ਘਾਟੇ ਦਾ ਸੌਦਾ। ਪਰ ਫਿਰ ਵੀ ਐਸੇ ਦੇ ਵਿੱਚ ਕੁਝ ਐਸੇ ਕਿਸਾਨ ਨੇ ਜਿਹੜੇ ਚੰਗਾ ਕੰਮ ਕਾਜ ਕਰ ਰਹੇ ਨੇ, ਮਿਹਨਤ ਕਰ ਰਹੇ ਨੇ, ਇਹਦੇ ਨਾਲ ਨਾਲ ਉਹ ਔਰਗੈਨਿਕ ਖੇਤੀ ਵੀ ਕਰ ਰਹੇ ਨੇ, ਜਿਹੜਾ ਰੇਹ ਸਪਰੇ ਆ ਉਹਦਾ ਖਹਿੜਾ ਛੱਡ ਰਹੇ ਨੇ, ਕਿਸ ਤਰ੍ਹਾਂ ਦੇ ਨਾਲ ਇਹ ਸਭ ਕੁਝ ਕਰ ਰਹੇ ਨੇ। ਅਸੀਂ ਪਹੁੰਚੇ ਹਾਂ ਅੱਜ ਪਿੰਡ ਮਹਿਣਾ ਦੇ ਵਿੱਚ, ਤਾਂ ਮਹਿਣਾ ਦੇ ਵਿੱਚ ਇੱਥੇ ਕਿਸਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਜਸਵੰਤ ਜੀ ਨੇ, ਸਾਡੇ ਨਾਲ ਦੀਪ ਜੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਬਾਈ ਜਸਵੰਤ, ਇੱਕ ਚੀਜ਼ ਸਾਫ਼ ਕਰੋ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਲੋਕ ਆਖਦੇ ਆ ਕਿ ਯਾਰ ਕਿਸਾਨੀ ਆ ਜਿਹੜਾ ਉਹ ਧੰਦਾ ਫਾਇਦੇ ਦਾ ਨਹੀਂ ਰਿਹਾ, ਹੈ ਨਾ, ਜਾਂ ਕਹਿ ਦਿੰਦੇ ਹਾਂ ਕਿ ਯਾਰ ਵੀ ਹੁਣ ਤਾਂ ਨੁਕਸਾਨ ਦਾ ਧੰਦਾ ਆ ਗਿਆ, ਬਚਦਾ ਕੁਛ ਹੈ ਨਹੀਂ ਆ, ਅਕਸਰ ਅਸੀਂ ਰੌਲਾ ਪਾਉਂਦੇ ਸੁਣਦੇ ਹਾਂ ਲੋਕ, ਹੈ ਨਾ। ਤਾਂ ਤੁਸੀਂ ਆ ਜਿਹੜਾ ਉਹ ਤੋਂ ਛੱਡ ਕੇ ਆ ਜਿਹੜਾ ਉਹ ਕੁਝ ਵੱਖਰਾ ਕਰਨ ਲੱਗੇ ਪਏ ਹੋ, ਜਿੱਦਾਂ ਜਿਸ ਤਰ੍ਹਾਂ ਦੇ ਨਾਲ ਤੁਹਾਡਾ ਨਰਮਾ, ਤੁਸੀਂ ਔਰਗੈਨਿਕ ਨਰਮਾ ਬੀਜਣ ਲੱਗੇ ਹੋ, ਲੱਗਦਾ ਨਹੀਂ ਕਿ ਪੁੱਠਾ ਪੰਗਾ ਲੈ ਲਿਆ ਸੀ ਜਾਂ ਹੁਣ ਸਹੀ ਆ? ਨਹੀਂ ਜੀ, ਹੁਣ ਬਹੁਤ ਵਧੀਆ ਜੀ। ਪਹਿਲਾਂ ਬੀਜਦੇ ਸੀਗੇ ਤਾਂ ਸਾਰਾ ਖਰਚਾ ਰਿਹਾ ਸਪਰੇਆਂ ਅਤੇ ਲੇਬਰ ਹੀ ਲੈ ਜਾਂਦੀ ਸੀ। ਅੱਛਾ, ਕੁਛ ਵੀ ਨਹੀਂ ਬਚਦਾ ਸੀ। ਝਾੜ ਸੀਗਾ ਜਿਹੜਾ ਐਵਰੇਜ ਨਰਮੇ ਦਾ 15 ਤੋਂ ਲੈ ਕੇ ਅਤੇ 25 ਮਿੰਟ ਤੱਕ ਆਉਂਦਾ ਸੀ, ਜਿਹੜਾ ਰੇਹ ਸਪਰੇ ਨਾਲ, ਰੇਹ ਸਪਰੇ ਦੇ ਨਾਲ। ਹੁਣ ਜਿਹੜਾ ਇਸ ਤਕਨੀਕ ਦੇ ਨਾਲ ਹੈ, ਇਹਦੇ ਵਿੱਚ ਆਪਣਾ ਲੱਗਦਾ ਵੀ ਕੁਛ ਨਹੀਂ, ਲੱਸੀ ਹਰੇਕ ਦੇ ਘਰੇ ਹੁੰਦੀ ਹੈ, ਨਿੰਮ ਹਰੇਕ ਕੋਲ ਹੈਗਾ, ਇਹਦਾ ਆਪਾਂ ਘੋਲ ਬਣਾ ਲੈਂਦੇ ਹਾਂ ਤਕਰੀਬਨ ਜੇ ਆਪਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ। ਅਤੇ ਇੱਕ ਜਿਹੜਾ ਨਰਮਾ ਆਪਾਂ ਬੀਜਣਾ ਹੈ ਉਹ ਆਪਾਂ ਬਹੁਤ ਜ਼ਿਆਦਾ ਬੀਜ ਪਾ ਦਿੰਦੇ ਸੀ ਪਹਿਲਾਂ, ਆਪਾਂ 3-3 ਪੈਕਟਾਂ ਦੇ ਨਾਲ 1 ਕਿੱਲਾ ਬੀਜਦੇ ਸੀ, ਹੁਣ ਉਹਨਾਂ 3 ਪੈਕਟਾਂ ਦੇ ਨਾਲ 6 ਕਿੱਲੇ ਬੀਜੇ ਜਾਂਦੇ ਆ, ਬੀਜ ਦੀ ਵੀ ਬੱਚਤ ਹੁੰਦੀ ਹੈ, ਲੇਬਰ ਕਾਫੀ ਉੱਥੇ ਹੀ ਨਿਕਲ ਜਾਂਦੀ ਹੈ ਆਪਣੀ। ਅਤੇ ਬਾਕੀ ਇਹ ਜਿਹੜੇ ਇਹਦਾ ਸਿਸਟਮ ਹੈਗਾ, ਇਹਦੇ ਵਿੱਚ 1260 ਬੂਟੇ ਲੱਗਦੇ ਆ ਜੀ ਕਿੱਲੇ ਦੇ ਵਿੱਚ, 8 ਫੁੱਟ ਦਾ ਅਤੇ 4 ਫੁੱਟ ਦਾ ਪਾੜਾ ਹੁੰਦਾ ਜੀ, ਉਹਦੇ ਵਿੱਚ ਦੀ ਟਰੈਕਟਰ ਲੰਘ ਜਾਂਦਾ ਪਹਿਲਾਂ, ਅਤੇ ਉਹਦੇ ਇੱਕ ਸਾਈਡ 'ਤੇ ਆਪਾਂ ਨਰਮਾ ਬੀਜਿਆ ਜਾਂਦਾ ਜੀ, ਅਤੇ ਇੱਕ ਸਾਈਡ 'ਤੇ ਆਪਾਂ ਕੋਈ ਵੱਲਾਂ ਲਾ ਛੱਡਦੇ ਹਾਂ, ਜਿਵੇਂ ਛੋਟੀਆਂ ਵੱਲਾਂ ਹੁੰਦੀਆਂ ਜਿਹੜੀਆਂ, ਜਿਵੇਂ ਖੱਖੜੀ ਹੋ ਗਈ, ਚਿੱਬੜ ਹੋ ਗਏ, ਖੀਰਾ, ਵੰਗਾ, ਇਹ ਛੋਟੀਆਂ ਵੱਲਾਂ ਹੈ, ਇਹ ਆਪਣਾ ਲੇਬਰ ਦਾ ਖਰਚਾ ਕੱਢ ਜਾਂਦੀਆਂ। ਪਹਿਲਾਂ ਵਾਲੇ ਨਰਮੇ 'ਤੇ ਕੀ ਸੀ, ਆਪਾਂ ਨੂੰ ਲੇਬਰ ਵੀ ਆਪਦੇ ਪੱਲਿਓਂ ਪੈਂਦੀ ਸੀ, ਹੋਰ ਕੋਈ ਉਹਦੇ ਵਿੱਚ ਫਸਲ ਨਹੀਂ ਹੁੰਦੀ ਸੀ, ਇਹਦੇ ਵਿੱਚ ਇਹ ਫਸਲ ਵੀ ਹੁੰਦੀ ਆ, ਉਹ ਵੀ ਬਿਨਾਂ ਰੇਹ ਸਪਰੇਅ ਤੋਂ ਹੁੰਦੀ ਹੈ, ਅਤੇ ਝਾੜ ਵੀ ਉਹਦਾ ਬਹੁਤ ਸੋਹਣਾ ਹੈ। ਅਸੀਂ ਖੱਖੜੀਆਂ ਤਕਰੀਬਨ 5-5 ਕਿਲੋ ਦੀਆਂ, 6-6 ਕਿਲੋ ਦੀਆਂ ਤੋੜੀਆਂ ਉਹਦੇ ਵਿੱਚ, ਜਿਹੜਾ ਲੋਕ ਕਹਿ ਦਿੰਦੇ ਆ ਵੀ 1.5 ਕਿਲੋ ਤੋਂ ਨਹੀਂ ਖੱਖੜੀ ਵੱਧਦੀ ਗੀ, ਮਤਲਬ ਉਹ ਵੀ ਚੀਜ਼ਾਂ ਨਾਲ ਔਰਗੈਨਿਕ ਨਿਕਲ ਆਉਂਦੀਆਂ ਸਾਰੀਆਂ ਸਬਜ਼ੀਆਂ। ਹਾਂਜੀ, ਸਾਰੀਆਂ ਸਬਜ਼ੀਆਂ ਔਰਗੈਨਿਕ ਨਿਕਲ ਆਉਂਦੀਆਂ, ਅਤੇ ਨਰਮੇ ਦਾ ਜਿਹੜਾ ਕੱਦ ਹੈ ਉਹ ਵੀ ਬਹੁਤ ਸੋਹਣਾ ਹੁੰਦਾ ਹੈ, ਤਕਰੀਬਨ 8 ਤੋਂ ਲੈ ਕੇ 12 ਫੁੱਟ ਤੱਕ ਦਾ ਕੱਦ ਹੋ ਜਾਂਦਾ ਇਸਦਾ, ਅਤੇ 700 ਤੋਂ 800 ਟਿੰਡਾ ਲੱਗਦਾ ਜੀ। ਇਸ ਟਾਈਮ ਵੀ ਆਪਣਾ ਹੁਣ ਜਿਵੇਂ ਆਉਣ ਵਾਲੇ ਟਾਈਮ 'ਚ ਟਿੰਡੇ ਲੱਗੀ ਜਾਂਦੇ ਆ, 450 ਟਿੰਡਾ, 300 ਟਿੰਡਾ ਹਜੇ ਵੀ ਆਪਣਾ ਪੱਕਿਆ ਪਿਆ, ਅਤੇ ਅਜੇ ਜਿਹੜਾ ਫੁੱਲ ਅਤੇ ਗੁੱਡੀ ਲੱਗੀ ਹੈ ਜਿੰਨੀ ਵੀ, ਉਹ ਵੀ ਸਾਰੀ ਕਾਮਯਾਬ ਹੋਣ ਦੀ ਉਮੀਦ ਹੈ ਜੀ। ਅਤੇ ਉਹਦੇ ਨਾਲ ਜਿਵੇਂ ਆਪਾਂ ਪਿਛਲੇ ਸਾਲ ਨਰਮਾ ਬੀਜਿਆ ਸੀ ਜਾਂ ਆਪਣੇ ਯਾਰਾਂ ਦੋਸਤਾਂ ਨੂੰ ਬਜਾਇਆ ਸੀ, ਉਹਨਾਂ ਦਾ ਐਵਰੇਜ ਪਿਛਲੇ ਸਾਲ ਨਾਲੇ ਝਾੜ ਘੱਟ ਰਿਹਾ ਹਰੇਕ ਚੀਜ਼ ਦਾ ਫਸਲ ਦਾ, ਪਰ ਉਹਨਾਂ ਦਾ ਫਿਰ ਵੀ 38 ਮਣ ਨਰਮਾ ਹੋਇਆ ਜੀ, 36 ਮਣ ਚੁੱਕਿਆ, 2 ਮਣ ਹੈ ਜਿਹੜਾ ਉਹ ਟਿੰਡਿਆਂ ਦਾ ਹੋਇਆ ਜੀ ਲਾਸਟ ਵਾਲਿਆਂ ਦਾ। ਉਸ ਦੇ ਵਿੱਚ ਆ ਕੇ ਜਦੋਂ ਆਪਾਂ 9ਵੇਂ ਮਹੀਨੇ ਤੋਂ ਪਹਿਲਾਂ ਆਪਾਂ ਇਹਦੀ ਇਹਨੂੰ ਨਰਾਈ ਕਟਾਈ ਕਰਕੇ ਸਾਰੀ ਵੱਟਾਂ ਦੇ ਨਾਲ ਮਿੱਟੀ ਲਾ ਦਿੰਦੇ ਹਾਂ,
मिट्टी ला के ये नौवें महीने की एक तरीक तो लैके तो 10 तरीक तक गन्ना लगता है जी। इस नरमे के इसे नरमे मल्टी क्रॉपिंग सिस्टम है जी। आप लें एक फसल ये अपन चार फसलों के नेड़े हो जाते हैं। एक अपन ये जो 5 किलों या 10 किलों है तो वो वास्ते अपन ट्रैक्टर की लड़ है नहीं। अच्छा जी, सब तो वड्डी गल ये है ट्रैक्टर वाड़न की ये कोई लोड़ नहीं। एक बार तुम फसल ला दी तो ट्रैक्टर थोड़ा 2 साल बाद वड़ना वाहन के इस तो पहला ट्रैक्टर नहीं वड़ना है। सारी जी छोटी मशीनरी ना खेती होनी है ज़्यादा लेबर ना होनी है। जो तुम लेबर नहीं लाते अजक बहुत वधिया छोटे छोटे रोटावेटर वगैरह आए हैं उन्होंने वधिया कामयाब खेती होती है जिसे जी। अच्छा भाई दीप वाल चलते हैं। भाई दीप ख्याल किमें शुरू किमें किया नरमे वाला जो ट्रायल लिया नरमे अज तो 4-5 साल पहला जी असं फलवाड़ा गुटगुरू से गए थे उत्थे असी विजिट किया उत्थे जो नरमा से उस टाइम 12 फुट कट से असी उत्थे वेखे जेकर वह पथरीले जो इलाका है जो उधर है पहाड़ी वाला उत्थे नरमा हो सकता तो अपने क्यों नहीं हो सकता। असी वह जो उत्थे जो कुछ वेखिया उस तरह ही असी इतने आ खेती शुरू की हैगी है तो सानू बहुत वधिया लग रहा है यह जो तजर्बा किया वो सफल रहा है। अच्छा जी ठीक है। अच्छा भाई जसवंत एक चीज़ होर दसो कि आम बंदे आ जिहड़े डरदे आ ना शुरू करन तो इहदा खर्चा किन्ना क आउंदा जे मान लो 1 एकड़ च किसी ने किला क नरमे का ट्रायल लैना क्योंकि हौली हौली जो बंदा ट्रायल लै लैंदा उस तो बाद हौसला भी वध जांदा फिर आ जिहड़ा कितें ना कितें अगले साल आ जिहड़ा वह बंदा एरिया भी वधा लूगा तो खर्चा किस तरह के नाल जे आपां शुरू तो लैके बीजन तो लैके नरमे जी जे आपां खर्चे की गल करिए 0% खर्चा है जी। एक किला जे बीजना तो अद्धे पैठना बीजा जाऊगा तकरीबन 400 रुपया बीज लगेगा ਜਿਹੜਾ ਬੀਜ ਤੇ ਲੱਗਣਾ ਉਹ ਤਾਂ ਲੱਗਣਾ ਹੀ ਲੱਗਣਾ ਜੀ। ਹਾਂ ਬਸ ਉਹ ਨਹੀਂ ਉਹ ਜਿਹੜਾ ਆਪਣਾ ਜਿਹੜਾ ਲੱਗਣਾ ਹੈ ਜਿਹੜਾ ਆਪਾਂ ਉਹ ਨਾਰਮਲ ਬੀਜਦੇ ਆ ਨਾ ਹਾਂਜੀ ਉਹ ਚ ਆਪਾਂ 2.5-3 ਪੈਕਟ ਪਾਉਣੇ ਆ। ਅੱਛਾ ਜਿਹੜਾ ਆਪਾਂ ਐ ਬੀਜਦੇ ਆ ਇਹ ਤੇ ਅੱਧਾ ਪੈਕਟ ਲੱਗਣਾ ਜੀ 800-900 ਦਾ ਪੈਕਟ ਹੈ ਉਸ ਚੀਜ਼ ਦਾ ਵੀ ਉੱਥੇ ਫਰਕ ਪੈਂਦਾ ਬੀਜ ਦਾ। ਇਹ ਬੈੱਡ ਬਣਾ ਕੇ ਬੈੱਡ ਸਿਸਟਮ ਦੇ ਵਿੱਚ ਇਹਨੂੰ ਉੱਤੇ ਲਾ ਕੇ ਤੇ ਬਾਅਦ ਚ ਪਾਣੀ ਲਾਇਆ ਜਾਂਦਾ। ਸਭ ਤੋਂ ਮੇਨ ਮੋਟਿਵ ਇਹੀ ਹੈ ਇਹਦੀ ਜੜ੍ਹ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਇਹਨੇ ਸਲਾਬ ਦੇ ਨਾਲ ਹੋਣਾ ਸਲਾਬ ਦੇ ਨਾਲ ਹੀ इन्हें वधी जाना है। इन्हें जिहड़ी खाद मिलनी वह भी सलाब चो मिलनी है क्योंकि जे आपां खाद की गल करिए जिहड़ी सलाब है उहदे विच 3 लाख तो लैके 3 करोड़ जवाणू हुंदे है जिहड़े आपां नूं नंगी अख नाल नहीं दिखते उही इहदा भोजन है मेन। उस तो इन्हें खुराक लैके वधी जाना है तो खर्चा इहदे विच कोई भी नहीं। जे कोई वीर आपां नहीं कहिंदे भी तुसीं सारा ही वाहन है जिहड़ा उहनूं इस ढंग नाल करो असी कहने भी जे किसी को 5 किले है वह 1/2 किले तो स्टार्ट कर ले जे किसी को 10 किले है वह 1 किले तो स्टार्ट कर ले बाकी जो कर सकता तो सारा भी कर सकता है। यदि फुल गरंटी होगी नरमे का झाड़ इन्ना होगा बी भी है जोड़ा वह भी बाजारों लैना यह भी कोई नहीं गा भी असं बी बेचना है बी आपका बाजारों जो भी लैना पर टैक्नीक यही है यदि भी इनका पानी है जोड़ा इन फ्लड सिस्टम नहीं लगना चाहिए। अच्छा जी हाँ जी ठीक है। तो एक होर चीज़ बई जी कि अगला आखदू अगर ठीक है जी जो जिमीदार का सवाल हूँ कि यार बीज लिया हूँ मान लो जो सूडी पै गई चिट्टी मक्खी पै गई या कोई होर बीमारी पै गई जी मर्जी कोई पै गई असं इलाज किमें कराएंगे क्योंकि रेह स्परे तो बिना तो कह हाल ही कोई नहीं है स्परे तो बिना। सब तो पहली गल तो यह है जी इनू पैंदा ही कुछ नहीं। अच्छा जी चलो जे मनिया आप 10-15% जो पै भी गया तो तुम लस्सी है जी लस्सी एक बाल्टी के पा लो ਉਹਦੇ ਵਿੱਚ ਨਿੰਮ ਦੇ ਪੱਤੇ ਅੱਕ ਦੇ ਪੱਤੇ ਧੂਰੇ ਦੇ ਪੱਤੇ ਥੋੜ੍ਹੇ ਥੋੜ੍ਹੇ ਤਕਰੀਬਨ 400-500 ਗ੍ਰਾਮ ਲੈ ਕੇ ਉਹ ਬਾਲਟੀ 'ਚ ਪਾ ਦਿਓ 20 ਲੀਟਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਪਣੇ ਆਮ ਹੀ ਮਿਲ ਜਾਂਦੀਆਂ। ਹਾਂਜੀ ਆਮ ਹੀ ਮਿਲ ਜਾਂਦੀਆਂ ਜੀ ਫ੍ਰੀ ਦਾ ਸੌਦਾ ਸਾਰਾ ਅਤੇ ਉਹ ਲੱਸੀ ਨਾਲ ਬਾਲਟੀ ਭਰ ਦਿਓ ਅਤੇ ਉਹਨੂੰ ਛਾਵੇਂ ਰੱਖ ਦਿਓ ਛਾਵੇਂ ਰੱਖ ਕੇ ਉਹਨੂੰ ਅਗਲੇ ਦਿਨ ਫੇਰ ਹਿਲਾ ਦਿਓ 15 ਦਿਨ ਉਹਨੂੰ ਪਈ ਰਹਿਣ ਦਿਓ ਜੀ ਉਸੇ ਤਰ੍ਹਾਂ ਦੇ ਨਾਲ ਉਸੇ ਤਰ੍ਹਾਂ ਹੀ ਫਿਰ 2 ਲੀਟਰ ਸਪਰੇਅ ਵਾਲੀ ਢੋਲੀ ਹੈ ਜਿਹੜੀ ਉਹਦੇ 'ਚ ਪਾ ਕੇ ਅਤੇ ਆਪਾਂ ਛਿੜਕ ਸਕਦੇ ਹਾਂ ਉਹਦੇ ਨਾਲ ਜਿਹੜਾ ਮੱਛਰ ਹੈ ਉਹ ਵੀ ਅਟੈਕ ਨਹੀਂ ਕਰਦਾ ਚਿੱਟੀ ਮੱਖੀ ਵੀ ਅਟੈਕ ਨਹੀਂ ਕਰਦੇ। ਇੱਦੋਂ ਥੋੜ੍ਹੇ ਜਿਹੇ ਦਿਨ ਪਹਿਲਾਂ ਆਪਣੇ ਖੇਤੀਬਾੜੀ ਦੇ ਅਫਸਰ ਮੁਕਤਸਰ ਦੇ ਆ ਕੇ ਗਏ ਹੈ ਆਤਮਾ ਦੇ ਡਾਇਰੈਕਟਰ ਆ ਕੇ ਗਏ ਹੈ ਉਹਨਾਂ ਨੇ ਆ ਕੇ ਦੇਖਿਆ ਝਾੜ ਝਾੜ ਕੇ ਉਹ ਨਰਮੇ ਦਾ ਸਰਵੇ ਕਰਦੇ ਪੁੱਛਦੇ ਸੀ ਉਹ ਕਹਿੰਦੇ ਯਾਰ ਕਮਾਲ ਹੈ ਇਹਦੇ ਵਿੱਚ ਨਾ ਕੋਈ ਮੱਛਰ ਹੈ ਅਸੀਂ ਲੋਕਾਂ ਦੇ ਸਪਰੇਅ ਵਾਲਿਆਂ ਦੇ ਨਰਮੇ ਦੇਖ ਕੇ ਆਏ ਉਹਨਾਂ 'ਚ ਬਹੁਤ ਜ਼ਿਆਦਾ ਮੱਛਰ ਉੱਡੀ ਜਾਂਦਾ ਬਹੁਤ ਜ਼ਿਆਦਾ ਫਲ ਡਿੱਗੀ ਜਾਂਦਾ ਕੋਈ ਟਿੰਡਾ ਨਹੀਂ ਬਣਿਆ ਅਤੇ ਤੁਹਾਡੀ ਤਕਨੀਕ ਬਹੁਤ ਵਧੀਆ ਜੀ। अच्छा बई दीप तुसी दसो कि झाड़ कि निकल जाता जो आप ऑर्गेनिक नरमा बीजते हैं जो झाड़ है जी ये घट्टो घट थोड़ा लगता 35-40 निकल जूगा निकल जूगा तो जो रेह स्परे वाला हूँ वो मिलता शायद वाद है झाड़ हाँ जी वो तो वाद है जी जी। अच्छा बई जसवंत एक चीज़ होर जो दसो
ਕਿ ਜਦੋਂ ਨਰਮਾ ਬੀਜਣਾ ਜਾਂ ਇਹਦੀ ਬਿਜਾਈ ਸ਼ੁਰੂ ਕਰਨੀ ਆ, ਸ਼ੁਰੂ ਦੇ ਵਿੱਚ ਬੀਜ ਆ, ਉਹਨੂੰ ਲੈ ਕੇ ਵੀ ਕੁਝ ਵੱਖਰਾ ਕਰਨ ਦੀ ਲੋੜ ਆ ਜਾਂ ਉਹਦਾ ਕੋਈ ਇਲਾਜ ਜਾਂ ਕੁਛ ਉਹਦੇ 'ਤੇ ਦਵਾਈ ਛਿੜਕਣ ਦੀ ਲੋੜ ਪੈਂਦੀ ਹੈ ਜਾਂ ਉਸੇ ਤਰ੍ਹਾਂ ਦੇ ਨਾਲ ਜਾਂ ਕੋਈ ਦੇਸੀ ਨੁਸਖਾ? ਨਹੀਂ ਜੀ, ਬਿਲਕੁਲ ਜਿਵੇਂ ਲੋਕ ਬੀਜਦੇ ਆ ਉਵੇਂ ਬੀਜਣਾ। ਬਸ ਇਹਦੀ ਟੈਕਨੀਕ ਇੱਕੋ ਹੀ ਹੈ ਵੀ ਇਹਨੂੰ ਪਾਣੀ ਹੈ ਜਿਹੜਾ ਉਹ ਫਲੱਡ ਰਾਹੀਂ ਨਹੀਂ ਲਾਉਣਾ ਗਾ, ਇਹਨੂੰ ਸਲਾਬ ਜਾਣੀ ਚਾਹੀਦੀ ਹੈ। ਜੇ ਆਪਾਂ ਪਾਣੀ ਦੀ ਵੀ ਗੱਲ ਕਰ ਲਈਏ, ਇੱਥੇ ਪਾਣੀ ਦੀ ਬੱਚਤ ਦੀ, ਜਿੰਨਾ ਆਪਾਂ 1 ਕਿੱਲੇ ਨੂੰ ਪਾਣੀ ਲਾਉਂਦੇ ਹਾਂ ਉਹ ਨਰਮੇ ਦੀ 4 ਕਿੱਲੇ ਖੇਤੀ ਹੋ ਸਕਦੀ ਹੈ ਜੀ। ਅਤੇ ਪਾਣੀ ਦੀ ਬਹੁਤ ਜ਼ਿਆਦਾ ਬੱਚਤ ਹੈ, ਜਿਵੇਂ ਪਾਣੀ ਡੂੰਘੇ ਜਾਈ ਜਾਂਦੇ ਹੈ ਅਤੇ ਪਾਣੀ ਦੀ ਬਹੁਤ ਜ਼ਿਆਦਾ ਬੱਚਤ ਹੈ, ਅਤੇ ਬਾਕੀ ਰੀਚਾਰਜ ਹੋਊਗਾ, ਵਰਮ ਹੈ ਜਿਹੜੇ ਗੰਡੋਏ ਆ ਉਹ ਉੱਪਰ ਆ ਜਾਣਗੇ। ਇਹਦਾ ਜਿੰਨਾ ਕੋਈ ਮਾੜਾ ਮੋਟਾ ਘਾਹ ਹੁੰਦਾ ਹੈ ਉਹਨੂੰ ਉਹਦੀਆਂ ਜੜ੍ਹਾਂ 'ਚ ਸਿੱਟੀ ਜਾਓ ਨਰਮੇ ਦੀਆਂ 'ਚ, ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਜੀ। ਅੱਛਾ ਜੀ, ਅਤੇ ਇਹਦਾ ਭਾਅ ਦਾ ਵੀ ਕੁਛ ਵੱਖਰਾ ਜਿਹਾ ਭਾਅ ਉਹੀ ਵੇਖੂ ਜਾਂ ਇਹਨੂੰ ਹੋਰ ਤਰੀਕੇ ਨਾਲ ਵੀ ਅਸੀਂ ਕਿਤੇ ਵੇਚ ਸਕਦੇ ਹਾਂ ਨਰਮੇ ਨੂੰ? ਨਹੀਂ ਜੀ, ਭਾਅ ਦਾ ਤਾਂ ਇਹਦਾ ਹਜੇ ਤੱਕ ਕੋਈ ਫਰਕ ਨਹੀਂ ਗਾ। ਵੈਸੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਦੇਸੀ ਨਰਮਾ ਜਿਵੇਂ ਬੀਜਣਾ, ਜਿਵੇਂ ਪਹਿਲਾਂ ਆਪਣੇ ਹੁੰਦੇ ਸੀ ਝੋਰ ਝੜ ਵਗੈਰਾ, ਉਹ ਨਰਮੇ ਅਸੀਂ ਬੀਜਣੇ ਆ, ਉਹਨਾਂ ਦਾ ਭਾਅ ਦਾ ਡਿਫਰੈਂਸ ਇਹ ਰਹੂਗਾ ਵੀ ਉਹਦੇ ਆਪਾਂ ਵੜੇਵੇਂ ਆ ਜਿਹੜੇ ਉਹ ਆਪਾਂ ਪਸ਼ੂਆਂ ਵਾਸਤੇ ਇੱਥੇ ਲੋਕਲ ਸੇਲ ਕਰ ਸਕਦੇ ਹਾਂ, ਕਿਉਂਕਿ ਉਹਦੀ ਰੂੰ ਵੀ ਚੰਗੀ ਹੈ, ਇਸ ਰੂੰ ਨਾਲ ਉਹਦੀਆਂ ਬਿਮਾਰੀਆਂ ਵੀ ਲੱਗਦੀਆਂ ਬੀਟੀ ਨਾਲ, ਅਤੇ ਵੜੇਵੇਂ ਵੀ ਚੰਗੇ ਨਹੀਂ ਹੁੰਦੇ ਪਸ਼ੂਆਂ ਲਈ, ਅਤੇ ਉਸ ਦਾ ਡਿਫਰੈਂਸ ਜ਼ਰੂਰ ਪਊਗਾ ਜੀ। ਉਹ ਆਉਣ ਵਾਲੇ ਸਮੇਂ ਦਾ ਅਸੀਂ ਅਗਲੇ ਸਾਲ ਤੋਂ ਸ਼ੁਰੂ ਕਰਨਾ ਹੈ ਜੀ। ਅੱਛਾ ਬਾਈ ਦੀਪ, ਵੱਲ ਚੱਲਦੇ ਬਾਈ ਦੀਪ, ਜਦੋਂ ਸ਼ੁਰੂ ਕੀਤਾ ਸੀਗਾ ਲੋਕਾਂ ਨੇ, ਕਿਸੇ ਯਾਰ ਮਿੱਤਰਾਂ ਨੇ ਝੇੜਾਂ ਨਹੀਂ ਕੀਤੀਆਂ ਕਿ ਯਾਰ ਆਹ ਕਿਹੜਾ ਪੰਗਾ ਲੈ ਲਿਆ ਤੁਸੀਂ ਜਾਂ ਲੱਗਿਆ ਨਹੀਂ? ਨਹੀਂ ਜੀ, ਉਹ ਤਾਂ ਲੋਕਾਂ ਨੇ ਤਾਂ ਬਹੁਤ ਆਖਿਆ ਸਾਨੂੰ ਕਿ ਤੁਸੀਂ ਆਮ ਕੰਮ ਕਰਦੇ ਹੈਗੇ, ਤੁਸੀਂ ਇਹ ਕਿਹੜੇ ਪਾਸੇ ਕੰਮ ਵਾਲੇ ਪਾਸੇ ਤੁਸੀਂ ਆ ਗਏ ਹੈਗੇ ਆ, ਪਰ ਸਿਰਫ ਸ਼ੁਰੂਆਤ ਦੇ ਵਿੱਚ ਦਿੱਕਤਾਂ ਤਾਂ ਆਉਂਦੀਆਂ ਹੀ ਹੈਗੀਆਂ, ਬਹੁਤ ਲੋਕਾਂ ਨੇ ਚੀਜ਼ਾਂ ਕੀਤੀਆਂ, ਪਰ ਉਹੀ ਲੋਕ ਹੁਣ ਆ ਕੇ ਦੇਖਦੇ ਆ, ਉਹ ਸੋਚਦੇ ਆ ਵੀ ਇਹਦੇ ਨਾਲ ਕੰਮ ਬਹੁਤ ਵਧੀਆ ਚੱਲਿਆ ਹੈਗਾ, ਇਹ ਜਿਹੜਾ ਨਰਮਾ ਬਹੁਤ ਵਧੀਆ ਖੜਾ ਹੈਗਾ। ਅੱਛਾ ਜੀ, ਠੀਕ ਹੈ ਜੀ। ਅੱਛਾ ਬਾਈ ਜਸਵੰਤ, ਹਾਂਜੀ ਕੀ ਕਰੇ? ਲੋਕ ਤਾਂ ਇਹ ਹੈ ਜੀ, ਜਿਹੜੇ ਪਹਿਲਾਂ ਸਾਨੂੰ ਝੇਡਾਂ ਕਰਦੇ ਸੀ ਇੱਥੇ ਖੜ ਕੇ ਜੀ, ਕਹਿੰਦੇ ਬੂਟਾ ਕਿਤੇ ਕਿਤੇ ਲਾਇਆ ਇਹਨੇ ਮੱਚ ਜਾਣਾ, ਅੱਜ ਸਾਡੇ ਤੋਂ ਚੋਰੀਆਂ ਫੋਟੋਆਂ ਖਿੱਚ ਕੇ ਲਿਆਉਂਦੇ ਜੀ ਨਰਮੇ ਦੀਆਂ। ਅੱਛਾ ਜੀ, ਠੀਕ ਹੈ। ਅਤੇ ਬਾਈ ਜਸਵੰਤ, ਹੋਰ ਦੱਸੋ ਕਿ ਇਹਦਾ ਜੇ ਆਪਾਂ ਗੱਲ ਕਰ ਲਈਏ ਮੁਨਾਫੇ ਦੀ, ਹੈ ਨਾ, ਤਾਂ ਮੁਨਾਫਾ ਕਿਸ ਤਰ੍ਹਾਂ ਦੇ ਨਾਲ ਦੂਜੇ ਨਰਮੇ ਨਾਲ ਜ਼ਿਆਦਾ ਕਿਵੇਂ ਹੈ? ਵੈਸੇ ਤਾਂ ਤੁਸੀਂ ਝਾੜ ਦੱਸ ਤੱਕ ਝਾੜ ਜ਼ਿਆਦਾ, ਹੈ ਨਾ, ਪਰ ਜਿਸ ਤਰ੍ਹਾਂ ਨੂੰ ਤੁਸੀਂ ਸਬਜ਼ੀ ਵੀ ਬੀਜਦੇ ਹੋ, ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸ ਦਿਓ ਕਿ ਜੇ ਗੱਲ ਕਰ ਲਈਏ ਮੁਨਾਫੇ ਦੀ ਤਾਂ। ਮੁਨਾਫਾ ਇਸ ਤਰ੍ਹਾਂ ਜੀ, ਜਿਹੜਾ ਆਪਾਂ ਦੂਸਰਾ ਨਰਮਾ ਲਾਉਂਦੇ ਹਾਂ ਉਹਦੇ ਵਿੱਚ ਲੇਬਰ ਵਗੈਰਾ ਹੋ ਗਈ ਜਾਂ ਟਰੈਕਟਰ ਨੇ ਸੀਲਣਾ ਹੈ, ਉਹ ਸਾਰਾ ਆਪਣੇ ਪੱਲੇ ਪੈ ਜਾਂਦਾ, ਜਿਹੜਾ ਲਾਗਤ ਖਰਚਾ ਪੈ ਜਾਂਦਾ ਇਹ ਸਪਰੇਅ ਵਾਲਾ, ਉਹ ਸਾਰਾ ਆਪਣੇ ਪੱਲੇ ਪੈਂਦਾ ਲਾਗਤ ਖਰਚਾ ਜਿੰਨਾ ਵੀ, ਇਹਦੇ ਵਿੱਚ ਲਾਗਤ ਖਰਚਾ ਜਿਹੜਾ ਆਪਾਂ ਨੂੰ ਸਬਜ਼ੀ ਕੱਢ ਜਾਂਦੀ ਹੈ ਜੀ, ਸਬਜ਼ੀ ਅਸੀਂ ਹੁਣ 3 ਮਹੀਨੇ ਹੋ ਗਏ ਇੱਥੇ ਵੇਚੀ ਜਾਂਦੇ ਹਾਂ, ਇਹ ਸਾਰਾ ਖਰਚਾ ਆਪਣੇ ਬੰਦਿਆਂ ਦਾ ਨਰਾਈ ਕਢਾਈ ਦਾ ਸਾਰਾ ਕੱਢ ਗਿਆ ਜੀ, ਅਤੇ ਬਾਕੀ ਜਿਹੜਾ ਆਉਣ ਵਾਲੇ ਟਾਈਮ ਹੈ ਇਹ ਖਰਚੇ ਕੱਢਣੇ ਆ ਨਰਮੇ ਨੇ, ਅਤੇ ਬਾਕੀ ਜਿਹੜਾ ਗੰਨਾ ਬਚੂਗਾ ਤੁਹਾਨੂੰ ਗੰਨੇ ਦੇ ਵਿੱਚ ਅੱਗੇ ਜਾ ਕੇ ਹਲਦੀ ਲੱਗੂਗੀ, ਉਹ ਅੱਗੇ ਮਲਟੀ ਕ੍ਰੋਪਿੰਗ ਸਿਸਟਮ ਹੈ, ਇਹਨੇ ਗਾਂ ਦੀ ਗਾਂ ਇੱਕ ਫਸਲ ਆਪਾਂ ਲੈ ਲਈ, ਲੈਣ ਤੋਂ ਪਹਿਲਾਂ ਹੀ 3 ਮਹੀਨੇ ਉਹ 'ਚ ਦੂਜੀ ਫਸਲ ਬੀਜੀ ਜਾਣੀ ਹੈ, ਅਤੇ ਇਸ ਦੇ ਨਾਲ ਆਮਦਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜੀ। ਤਕਰੀਬਨ ਆਪਾਂ ਜੇ ਗੱਲ ਕਰੀਏ ਜੇ ਬੰਦੇ ਨੇ ਸਹੀ ਢੰਗ ਦੇ ਨਾਲ ਕੰਮ ਕਰਨਾ ਤਾਂ 1.5 ਲੱਖ ਰੁਪਏ ਕਿੱਲਾ ਆਮਦਨ ਆਊਗੀ ਇਹਦੇ ਨਾਲ, ਜਿਹੜਾ ਜਿਹੜੀ ਅੱਜ ਲੋਕ ਕਹਿੰਦੇ ਆ ਜ਼ੀਰੋ ਹੈ। ਪਰ ਇਹਦੇ ਵਿੱਚ ਇੱਕ ਸ਼ਰਤ ਹੋਰ ਹੈ, ਆਪਾਂ ਨੂੰ ਮਿਹਨਤ ਕਰਨੀ ਪਊਗੀ, ਕੰਮ ਕਰਨਾ ਪਊਗਾ, ਇਹ ਨਹੀਂ ਵੀ ਝੋਨੇ ਵਾਂਗੂ ਤੁਸੀਂ ਪਾਣੀ ਛੱਡਤਾ ਅਤੇ ਆ ਕੇ ਵੱਟ 'ਤੇ ਬਹਿ ਗਏ, ਪਦਾਨ ਪਾਤੀ ਰੀਜੈਂਟ ਪਾਤੀ ਉਹ ਦਵਾਈਆਂ ਪਾ, ਉਹਨਾਂ ਤੋਂ ਬਹੁਤ ਦੂਰ ਹੈ ਕੰਮ, ਇਹ ਮਿਹਨਤ ਵਾਲਾ ਕੰਮ ਹੈ, ਪਰ ਇਹਦੇ ਨਾਲ ਜੇ ਆਪਾਂ ਇਹ ਚੀਜ਼ਾਂ ਕਰਾਂਗੇ ਤਾਂ ਆਪਣੀ ਸਿਹਤ ਵੀ ਤੰਦਰੁਸਤ ਰਹੂਗੀ। ਮਤਲਬ ਜਿੱਦਾਂ ਆਪਾਂ ਅਕਸਰ ਸੁਣਦੇ ਹਾਂ ਕਿ ਯਾਰ ਅਗਲਾ ਕਹਿੰਦੇ ਜੀ ਮੋਟਰ ਛੱਡਤੀ, ਝੋਨੇ ਨੂੰ ਪਾਣੀ ਲੱਗ ਗਿਆ, ਆਪਣੇ ਆਪ ਨਜ਼ਾਰੇ ਆ, ਯਾਰ ਕੰਮ ਕਰਨ ਦੀ ਲੋੜ ਨਹੀਂ, ਵਿਹਲੇ ਆ, ਉਹਨਾਂ ਚੀਜ਼ਾਂ ਦੇ ਉਲਟ ਇੱਥੇ ਕੰਮ ਕਰਨਾ ਪਊਗਾ। ਕੰਮ ਕਰਨਾ ਪਊਗਾ, ਪਾਣੀ ਖੜ ਕੇ ਲਾਉਣਾ ਪੈਣਾ ਜੀ, ਜਿਹੜਾ ਪਾਣੀ ਆ ਉਹ ਤੁਹਾਡਾ ਖਾਲੀ ਤੋਂ ਬਾਹਰ ਨਹੀਂ ਜਾਣਾ ਚਾਹੀਦਾ, ਕਿਉਂ ਜੇ ਬਾਹਰ ਜਾਊ ਤਾਂ ਉੱਥੇ ਆਪਣੇ ਘਾਹ ਵਗੈਰਾ ਜ਼ਿਆਦਾ ਹੋ ਜੂ, ਪੱਠੇ ਜ਼ਿਆਦਾ ਹੋ ਜਾਣਗੇ, ਫਿਰ ਆਪਣੀ ਉਸ 'ਤੇ ਲੇਬਰ ਦੀ ਵੀ ਕੋਸਟ ਵੱਧ ਆਉਣੀ ਹੈ। ਜੇ ਪਾਣੀ ਥੱਲੇ ਰਹੂਗਾ, ਬੈੱਡ ਹੈ ਜਿਹੜਾ ਉਹ ਆਪਣਾ ਸੁੱਕਾ ਰਹਿਣਾ ਜਮਾਂ, ਉਹਦੇ ਪੱਠੇ ਨਹੀਂ ਹੋਣੇਗੇ, ਅਤੇ ਜਿਹੜੀ ਆਪਣੀ ਵੱਲਾਂ ਦੀ ਆ ਉਹਦੀ ਰੇਹ ਬਣ ਜਾਣੀ ਹੈ ਜੀ। ਜੀ ਅੱਛਾ, ਅਤੇ ਅੱਗੇ ਜਦੋਂ ਇਹ ਨਰਮਾ ਪੱਟਿਆ ਜਾਂਦਾ ਗਾ ਤਾਂ ਉਸ ਵੇਲੇ ਜਿਹੜੀ ਦੂਜੀ ਫਸਲ ਹੁੰਦੀ ਆ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ? ਨਹੀਂ ਜੀ, ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਚੁੱਕਣ ਵੇਲੇ? ਨਹੀਂ, ਕੋਈ ਨੁਕਸਾਨ ਨਹੀਂ ਜੀ ਉਹਦਾ, ਉਹ ਤਾਂ ਗੰਨਾ ਹੁੰਦਾ ਜੀ, ਗੰਨੇ ਦਾ ਕੋਈ ਨੁਕਸਾਨ ਨਹੀਂ ਗਾ, ਅਤੇ ਗੰਨੇ ਤੋਂ ਬਾਅਦ ਦੀਆਂ ਜਿਹੜੀਆਂ ਫਸਲਾਂ ਹੈ ਜਦੋਂ ਨਰਮਾ ਪੱਟਿਆ ਗਿਆ ਉਦੋਂ ਛੋਲੇ ਵਗੈਰਾ ਬੀਜੇ ਜਾਂਦੇ ਆ, ਤਾਂ ਕੋਈ ਨੁਕਸਾਨ ਨਹੀਂ ਹੁੰਦਾ ਜੀ, ਸਾਰਾ ਬਹੁਤ ਵਧੀਆ ਮਲਟੀ ਕ੍ਰੋਪਿੰਗ ਸਿਸਟਮ ਹੈ ਜੀ ਇਹ। ਅੱਛਾ ਜੀ, ਹਾਂਜੀ, ਅਤੇ ਨਰਮੇ ਤੋਂ ਬਾਅਦ ਤੁਸੀਂ ਅੱਗੇ ਦੇ 'ਤੇ ਕੀ ਬੀਜਣ ਦਾ ਪਲਾਨ ਆ, ਜਦੋਂ ਨਰਮਾ ਤੁਹਾਡਾ ਇੱਥੋਂ ਜਿਹੜਾ ਚੁਗ ਲਿਆ ਜਾਂ ਨਰਮੇ ਦੀ ਫਸਲ ਜਿਹੜੀ ਲੈ ਲਈ ਉਸ ਤੋਂ ਬਾਅਦ? ਨਹੀਂ, ਉਹ ਬਾਅਦ ਨਹੀਂ ਜੀ, ਆਪਾਂ ਪਹਿਲਾਂ ਹੀ ਬੀਜਾਂਗੇ ਜੀ। ਅੱਛਾ, ਪਹਿਲਾਂ ਹੀ ਬੀਜੋਗੇ ਨਾਲ ਦੀ ਨਾਲ? ਆਪਾਂ 9ਵੇਂ ਮਹੀਨੇ ਦੀ 1 ਤਰੀਕ ਨੂੰ ਸਮਝ ਲਓ ਅੱਜ
10 15 ਦਿਨ ਰਹਿ ਗਏ ਹਾਂ ਤਾਂ ਗੰਨਾ ਬੀਜਿਆ ਜਾਣਾ ਜੀ ਇਹਦੇ ਵਿੱਚ ਤੇ ਉਹ ਗੰਨਾ ਤਿਆਰ ਹੋ ਜਾਣਾ ਜੀ ਅੱਛਾ ਜੀ ਮਤਲਬ ਆ ਨਰਮੇ ਦੀ ਫਸਲ ਚੱਕਣ ਤੋਂ ਪਹਿਲਾਂ ਜਾ ਕੇ ਇਹ ਹਾਲੇ ਤਾਂ ਕਿਉਂਕਿ ਟਿੰਡੇ ਹੀ ਲੱਗੇ ਨੇ ਹਾਂ ਜੀ ਤਾਂ ਜਦੋਂ ਤੱਕ ਮਤਲਬ ਖਿੜਨਾ ਸ਼ੁਰੂ ਹੋਣਾ ਜਾਂ ਥੋੜਾ ਥੋੜਾ ਤਾਂ ਉਸ ਤੋਂ ਪਹਿਲਾਂ ਪਹਿਲਾਂ ਅਗਲੀ ਫਸਲ ਦੀ ਤਿਆਰੀ ਹੋ ਜਾਣੀ ਹੈ ਹਾਂ ਜੀ ਹੈ ਨਾ 4 ਮਹੀਨਿਆਂ ਦਾ ਟਾਈਮ ਬਚ ਜੂਗਾ ਜੀ ਗੰਨੇ ਦਾ ਆਪਣਾ 4 ਮਹੀਨੇ ਇਹ ਬਚ ਗਏ ਜੀ ਆਉਣ ਵਾਲੇ ਟਾਈਮ 'ਚ ਛੋਲੇ ਬੀਜੇ ਜਾਣਗੇ ਫਰਵਰੀ ਮਾਰਚ ਦੇ ਵਿੱਚ ਜਿਹੜੇ ਉਹ ਛੋਲੇ ਹੈ ਉਹ ਹਰੇ ਪੱਟੇ ਜਾਂਦੇ ਆ ਆਪਣੇ ਦਾਲ ਸਬਜ਼ੀ ਵਾਲੇ ਲੈ ਜਾਂਦੇ ਆ ਅੱਗੇ ਪਿਛਲੇ ਸਾਲ ਜੋ ਲੈ ਕੇ ਗਏ ਉਹ 42,000 ਰੁਪਏ ਦਾ ਕਿੱਲਾ ਲੈ ਕੇ ਗਏ ਆ ਜੀ ਤੇ ਉਹਦੇ ਵਿੱਚ 30 ਮਣ ਗੰਢੇ ਵੀ ਹੋ ਗਏ ਜੀ ਕਿੱਲੇ 'ਚ ਉਹ ਥੋੜ੍ਹੇ ਥੋੜ੍ਹੇ ਵਿੱਚ ਗੰਢੇ ਲਾਏ ਸੀ ਇਹ ਤਾਂ ਸਿਸਟਮ ਇਹ ਹੈ ਜੀ ਇਹਦੇ ਵਿੱਚ ਜਿਵੇਂ ਵੱਧ ਤੋਂ ਵੱਧ ਚੀਜ਼ਾਂ ਲਾਓਗੇ ਨਾ ਤਾਂ ਵੱਧ ਤੋਂ ਵੱਧ ਮੁਨਾਫਾ ਜੀ ਜੀ ਅੱਛਾ ਕੋਈ ਹੋਰ ਖਾਸ ਗੱਲ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਰਹਿ ਗਈ ਜ਼ਰੂਰੀ ਹੈ ਦੱਸਣੀ ਕਿਸਾਨ ਵੀਰਾਂ ਨੂੰ ਜੇ ਤਾਂ ਜੋ ਜਿਹੜਾ ਮੋਟੀਵੇਟ ਹੋਣ ਉਹਨਾਂ ਦਾ ਹੌਸਲਾ ਵਧੇ ਅਤੇ ਉਹ ਵੀ ਇਸ ਪਾਸੇ ਆਉਣ ਹਾਂਜੀ ਇੱਕ ਤਾਂ ਆਪਣਾ ਸਰਦਾਰ ਅਵਤਾਰ ਸਿੰਘ ਫਗਵਾੜੇ ਤੋਂ ਜਿਹਨਾਂ ਤੁਸੀਂ ਫਾਰਮ ਵਿਜ਼ਿਟ ਕੀਤਾ ਜਿਹਨਾਂ ਦਾ ਫਾਰਮ ਵਿਜ਼ਿਟ ਕੀਤਾ ਜਿਹਨਾਂ ਤੋਂ ਦੇਖ ਕੇ ਸੇਧ ਲੈ ਕੇ ਅਸੀਂ ਚੱਲੇ ਹਾਂ ਉਹਨਾਂ ਦਾ ਵੀ ਯੂਟਿਊਬ ਚੈਨਲ ਵੀ ਹੈਗਾ ਫਗਵਾੜਾ ਗੁੱਡਗਰੋ ਉਹਦੇ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ ਵਿਜ਼ਿਟ ਵੀ ਕਰ ਸਕਦੇ ਹੋ ਉਹ ਤਾਂ ਸਾਡੇ ਤੋਂ ਬਹੁਤ ਅੱਗੇ ਹੈ ਜੀ ਉਹਨਾਂ ਦਾ 65 ਮਣ ਨਰਮੇ ਦਾ ਝਾੜ ਰਿਹਾ ਜਿਹੜਾ ਔਰਗੈਨਿਕ ਹਾਂਜੀ ਔਰਗੈਨਿਕ ਹੀ ਗੰਨਾ ਜੀ 713 ਕੁਇੰਟਲ ਤੇ ਪਹੁੰਚ ਗਿਆ ਜੀ ਉਹ ਅੱਛਾ ਜੀ ਆਪਣੇ ਏਰੀਏ ਦੇ ਵਿੱਚ ਜ਼ੋਰ ਲਾ ਕੇ ਰੇ ਸਪਰੇ ਕਰਕੇ ਬੰਦਾ 4-450 ਕੁਇੰਟਲ ਤੇ ਪਹੁੰਚਦਾ ਜੀ ਉਹਨੂੰ ਵੀ ਕਹਿ ਦਿੰਦਾ ਵੀ ਸਾਡੇ ਬਹੁਤ ਹੋ ਗਿਆ ਪਰ ਉਹ 750 ਤੇ ਪਹੁੰਚ ਗਏ ਆ ਜੀ ਤੇ ਉਹਨਾਂ ਦਾ ਮੋਟਿਵ ਹੈ ਜਿਹੜਾ ਵੀ ਆਪਾਂ ਪਹੁੰਚਣਾ ਉਹ ਕਹਿੰਦੇ 1000+ ਤੇ ਪਹੁੰਚਣਾ ਜੀ ਆਪਾਂ ਅੱਛਾ ਦਿਨ ਬਦਿਨ ਉਹ ਸੋਧ ਕਰੀ ਜਾਂਦੇ ਆ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਬਹੁਤ ਵਧੀਆ ਫਾਰਮ ਆ ਜੀ ਵਿਜ਼ਿਟ ਕਰਨਾ ਚਾਹੀਦਾ ਲੋਕਾਂ ਨੂੰ ਅਤੇ ਸੇਧ ਲੈਣੀ ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਟਾਈਮ ਦਿੱਤਾ ਜੀ 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 ਧੰਨਵਾਦ ਸੋ ਇਹ ਸਨ ਕਿਸਾਨ ਵੀਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਖਾਸ ਤੌਰ ਦੇ ਉੱਤੇ ਸਾਨੂੰ ਦੱਸਿਆ ਕਿ ਨਰਮੇ ਦੀ ਖੇਤੀ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਅੱਗੇ ਦੀ ਅੱਗੇ ਜਿਹੜਾ ਮਲਟੀਕ੍ਰੋਪ ਫਸਲਾਂ ਦੇ ਨਾਲ ਆਮਦਨ ਵੀ ਮੋਟੀ ਲੈ ਰਹੇ ਨੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨੂੰ ਬਿਮਾਰੀਆਂ ਤੋਂ ਵੀ ਬਚਾ ਰਹੇ ਨੇ ਮੋਟਾ ਮੋਟਾ ਇਹਨਾਂ ਨੇ ਦੱਸਿਆ ਕਿ 1 ਏਕੜ ਦੇ ਵਿੱਚੋਂ ਇਹ 1.5 ਲੱਖ ਦੇ ਆਸ ਪਾਸ ਆ ਜਿਹੜੀ ਉਹ ਆਮਦਨ ਲੈ ਰਹੇ ਨੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਦੁਬਾਰਾ ਨਵੇਂ ਪ੍ਰੋਗਰਾਮ ਦੇ ਵਿੱਚ ਫਿਰ ਪੇਸ਼ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰਾਖਾ